ਜਿਸ ਦਿਨ ਮਿਰਜ਼ਾ ਸਾਹਿਬਾਂ ਨੂੰ ਲੈਣ ਵਾਸਤੇ ਗਿਆ ਉਸ ਦਿਨ ਉਹਦੇ ਘਰੇ ਉਹਦੀ ਭੈਣ ਦੀ ਬਰਾਤ ਟੁੱਕੀ ਹੋਈ ਸੀ। ਉਹਦੀ ਭੈਣ ਕੋਠੇ ਉੱਤੇ ਖੜੀ ਉਡੀਕਾਂ ਕਰਦੀ ਹੈ ਬਈ ਮੇਰਾ ਵੀਰ ਆਊਗਾ, ਆਪਣੇ ਹੱਥਾਂ ਦੇ ਨਾਲ ਮੈਨੂੰ ਡੋਲੀ ਦੇ ਵਿੱਚ ਪਾਊਗਾ। ਪਰ ਦੂਰੋਂ ਮਿਰਜ਼ੇ ਜੱਟ ਦੀ ਸੱਖਣੀ ਬੱਕੀ ਵੇਖ ਕੇ ਉਡੀਕਾਂ ਕਰਦੀ ਭੈਣ ਦੇ ਪੈਰਾਂ ਹੇਠੋਂ ਮਿੱਟੀ ਨਿਕਲ ਗਈ। ਜ਼ਰਾ ਗੌਰ ਨਾਲ ਸੁਣਨਾ ਹੈ,